ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਗੁਰਪ੍ਰੀਤ ਸਿੰਘ, ਲੈ ਕੇ ਹਾਜ਼ਰ ਹਾਂ ਤੇਜ਼ ਰਫ਼ਤਾਰ ਖ਼ਬਰਾਂ ਦਾ ਸਿਲਸਿਲਾ, ਯਾਨੀ ਕਿ ਸ਼ਾਰਟ ਐਂਡ ਸ਼ਾਰਪ। ਜਾਟ ਅੰਦੋਲਨ ਨੂੰ 15 ਦਿਨਾਂ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਸਰਕਾਰ ਨੇ ਜਾਟਾਂ ਦੀਆਂ ਜ਼ਿਆਦਾਤਰ ਮੰਗਾਂ ਨੂੰ ਮੰਨ ਲਿਆ ਹੈ, ਜਿਸ ਦੇ ਚਲਦਿਆਂ ਜਾਟ ਕੱਲ੍ਹ ਸੰਸਦ ਦਾ ਘਿਰਾਓ ਨਹੀਂ ਕਰਨਗੇ। ਅੱਜ ਮੁੱਖ ਮੰਤਰੀ ਮਨੋਹਰ ਲਾਲ ਨੇ ਹਰਿਆਣਾ ਭਵਨ 'ਚ ਜਾਟ ਆਗੂਆਂ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਮੁੱਖ ਮੰਤਰੀ ਅਤੇ ਜਾਟ ਆਗੂਆਂ ਨੇ ਸਾਂਝੇ ਤੌਰ 'ਤੇ ਪ੍ਰੈਸ ਕਾਨਫਰੰਸ ਕੀਤੀ। हरियाणा में आरक्षण का विधेयक चूंकि हाईकोर्ट में अभी लंबित है, जैसे ही फैसला आएगा राज्य सरकार संविधान की 9वीं सूची में शामिल कराने के लिए प्रक्रिया शुरू करवा दी जाएगी। सीएम मनोहर लाल ने यह भी कहा कि सेंटर च भी जाटां दे राखवेंकरण का मुद्दा रखा जाए, असी इस गल का भी ध्यान रखांगे। क्योंकि हरियाणा के बाद केंद्र में भी आरक्षण मिले, इस नाते से हमारे बीच में चौधरी वीरेंद्र सिंह जी और श्री पीपी चौधरी जी, इन लोगों ने हमको जो जानकारी दी है और एक विश्वास दिलाया है कि राष्ट्रीय पिछड़ा वर्ग आयोग उसके चेयरमैन और जो सदस्य हैं उनकी नियुक्ति के होते ही केंद्र में जाट आरक्षण की प्रक्रिया ये शुरू कर दी जाएगी। प्रेस कॉन्फ्रेंस दौरान सीएम मनोहर लाल ने कहा कि जाट अंदोलन दौरान जो भी केस दर्ज किए गए ने उन्हां दी समीक्षा की जाएगी। जाट आरक्षण आंदोलन के दौरान, चूंकि यह आंदोलन 2010 से शुरू हुआ था, कुछ केसेस 2010 के भी पेंडिंग हैं और अभी 2017 तक के सभी दर्ज मुकदमे, उन पर सरकार पुनः समीक्षा करेगी और जाट समाज को पूर्ण न्याय मिलेगा। ਨੋਰਲਾਲ ਨੇ ਕਿਹਾ ਕਿ ਕੇਸਾਂ ਦੀ ਸਮੀਖਿਆ ਦੇ ਨਾਲ ਨਾਲ ਇਹ ਵੀ ਕਿਹਾ ਕਿ ਜਲਦ ਪੀੜਤਾਂ ਨੂੰ ਮੁਆਵਜ਼ਾ ਮਿਲੇਗਾ ਅਤੇ ਜੇਕਰ ਕੋਈ ਅਫਸਰ ਦੋਸ਼ੀ ਪਾਇਆ ਗਿਆ ਤਾਂ ਕਾਰਵਾਈ ਹੋਵੇਗੀ। ਜਾਟ ਆਰਕਸ਼ਣ ਅੰਦੋਲਨ ਦੇ ਦੌਰਾਨ ਸਭੀ ਮ੍ਰਿਤਕੋਂ ਕੇ ਆਸ਼ਰਿਤੋਂ ਔਰ ਅਪੰਗ ਹੋਏ ਲੋਕੋਂ ਕੋ ਸਥਾਈ ਨੌਕਰੀ ਯਾਨੀ ਪੱਕੀ ਨੌਕਰੀ ਦੀ ਜਾਏਗੀ। ਆਰਕਸ਼ਣ ਅੰਦੋਲਨ ਦੇ ਦੌਰਾਨ सभी घायलों को घोषित मुआवजा तुरंत दिलवाया जाएगा। सभी आरोपित अधिकारियों के खिलाफ जांच करवाकर दोषी पाए जाने पर उनके खिलाफ सख्त कार्रवाई की जाएगी। उधर जाट आगू यशपाल मलक का कहना है कि वो सरकार वालों मिले पर उसे तो संतुष्ट नहीं। जाट समाज को संपूर्ण न्याय सरकार देगी और सरकार की नियत, हमें नियत पर पूरा भरोसा है कि इस बार जो समझौता हुआ है उस पर संपूर्ण रूप से वो समझौता खरा उतरेगा। और हमने सरकार को ये विश्वास दिलाया कि जो कल का जाट दिल्ली कूच का 20 तारीख का कार्यक्रम था वो स्थगित कर दिया गया और अब दिल्ली जाट नहीं आएंगे। जाट आगुओं वालों भावें कल संसद घिराओ नूं टाल दिता गया है, पर पुलिस वालों दिल्ली नाल लगे यूपी ते हरियाणा बॉर्डर ते कीती जा रही चैकिंग कारण भारी जाम लग गया है, जिस करके लोगों नूं काफ़ी दिक्कतों का सामना करना पे। वीवीआईपी कल्चर खिलाफ़ फैसले ते अमल शुरू हो गया है। रस्मी नोटिफिकेशन का इंतजार किए बिना ही मुख्यमंत्री ते सारे मंत्रियों ने अपनी गड्डियों तो बत्तियां हटा लिया। ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ HS ਫੂਲਕਾ ਨੇ ਅਮਰਿੰਦਰ ਸਰਕਾਰ ਦੇ VIP ਕਲਚਰ ਨੂੰ ਖਤਮ ਕਰਨ ਦੇ ਫੈਸਲੇ ਨੂੰ ਆਮ ਆਦਮੀ ਪਾਰਟੀ ਦੀ ਸੋਚ ਦੱਸਿਆ। ਉਹਦੇ ਵਿੱਚ ਸਾਫ਼ ਇਹ ਨਜ਼ਰ ਆ ਰਿਹਾ ਕਿ ਆਮ ਆਦਮੀ ਪਾਰਟੀ ਦੀ ਰੰਗਤ ਇਹ ਪੰਜਾਬ ਦੀ ਕਾਂਗਰਸ ਸਰਕਾਰ ਦੇ ਉੱਪਰ ਚੜ੍ਹੀ ਹੋਈ ਆ।
ਔਰ ਇਹ ਆਮ ਆਦਮੀ ਪਾਰਟੀ ਦਾ ਅਸਰ ਆ ਕਿ ਕਾਂਗਰਸ ਨੇ ਸਿਰਫ ਪੰਜਾਬ 'ਚ ਫੈਸਲੇ ਲਏ ਆ। ਕਾਂਗਰਸ ਦੀ ਸਰਕਾਰ ਇਸ ਟਾਈਮ ਹੋਰ ਵੀ 7 ਸੂਬਿਆਂ 'ਚ ਆਪਣੀ ਜਾਂ ਦੂਜੇ ਭਾਈਵਾਲ ਪਾਰਟੀਆਂ ਨਾਲ ਮਿਲ ਕੇ ਹੈ, ਉਹਨਾਂ 'ਚ ਕਿਤੇ ਨਹੀਂ ਲਿਆ। ਵੀਆਈਪੀ ਕਲਚਰ ਖਤਮ ਕਰਨ ਦੇ ਪੰਜਾਬ ਸਰਕਾਰ ਦੇ ਫੈਸਲੇ ਨੂੰ ਜਨਤਾ ਦੀ ਭਰਪੂਰ ਹਮਾਇਤ ਮਿਲ ਰਹੀ ਹੈ। ਪੰਜਾਬ ਦੇ ਲੋਕਾਂ ਵੱਲੋਂ ਕਾਂਗਰਸ ਸਰਕਾਰ ਦੇ ਇਸ ਫੈਸਲੇ ਦੀ ਹਮਾਇਤ ਕੀਤੀ ਜਾ ਰਹੀ ਹੈ। ਪੰਜਾਬ ਕੈਬਨਿਟ 'ਚ ਪੰਜਾਬ 'ਚੋਂ ਨਸ਼ੇ ਖਤਮ ਕਰਨ ਲਈ ਬਣਾਈ ਗਈ ਸਪੈਸ਼ਲ ਟਾਸਕ ਫੋਰਸ। ਨਵੀਂ ਆਬਕਾਰੀ ਨੀਤੀ ਨੂੰ ਮਿਲੀ ਮਨਜ਼ੂਰੀ। ਕਿਸਾਨਾਂ ਦੇ ਕਰਜ਼ੇ ਮੁਆਫ਼ੀ ਨੂੰ ਲੈ ਕੇ ਅਗਲੇ 2 ਮਹੀਨਿਆਂ 'ਚ ਪੰਜਾਬ ਸਰਕਾਰ ਤਿਆਰ ਕਰੇਗੀ ਪਾਲਿਸੀ। ਵਿਰੋਧੀ ਧਿਰ ਨੇ ਕੈਪਟਨ ਕੈਬਨਿਟ ਦੇ ਫੈਸਲਿਆਂ 'ਤੇ ਚੁੱਕੇ ਸਵਾਲ। ਬੀਜੇਪੀ ਨੇ ਕਿਹਾ ਕਿਸਾਨਾਂ ਦੇ ਕਰਜ਼ੇ ਮਾਫ਼ੀ ਦਾ ਐਲਾਨ ਪਹਿਲੀ ਕੈਬਨਿਟ ਵਿੱਚ ਕਿਉਂ ਨਹੀਂ ਕੀਤਾ। ਕੈਪਟਨ ਕੈਬਨਿਟ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਆਪਣੇ ਸ਼ਹਿਰ ਪਟਿਆਲਾ ਪਹੁੰਚੇ, ਜਿੱਥੇ ਲੋਕਾਂ ਨੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ। ਇਸ ਦੌਰਾਨ ਉਹਨਾਂ ਪਿਛਲੀ ਸਰਕਾਰ ਵੱਲੋਂ ਅਖੀਰਲੇ 6 ਮਹੀਨਿਆਂ 'ਚ ਕੀਤੇ ਕੰਮਾਂ ਦਾ ਰਿਵਿਊ ਕਰਨ ਦਾ ਜ਼ਿਕਰ ਕੀਤਾ। ਜਿਹੜੇ ਕੰਮ ਉਹਨਾਂ ਨੇ ਲਾਸਟ 6 ਮੰਥਸ ਕੀਤੇ ਨੇ, ਉਹ ਕਿੰਨੀ ਹਰੀਸ਼ ਹੋਇਆ ਸਾਰਾ ਕੁਛ, ਕਿੰਨਾ ਪੈਸਾ ਬਰਬਾਦ ਹੋਇਆ। ਜਿਹੜੇ ਰਾਸ ਦੇਸ਼ ਦੇ ਸੰਗਤ ਦਰਸ਼ਨ ਨੇ, ਮੈਨੂੰ ਇੱਕ ਗੱਲ ਤੁਸੀਂ ਸਾਰੇ ਦੱਸੋ, ਬਈ ਕਿਆ ਸਰਦੀਆਂ ਦੇ ਵਿੱਚ ਸੜਕਾਂ ਬਣ ਸਕਦੀਆਂ? ਨਹੀਂ ਬਣ ਸਕਦੀਆਂ। ਲੋਕ ਦਾ ਕੰਮ ਕੋਈ ਹੋ ਨਹੀਂ ਸਕਦਾ। ਔਰ ਜਿਹੜਾ ਪੈਸਾ ਅਖੀਰਲੇ ਦਿਨਾਂ 'ਚ ਸੰਗਤ ਦਰਸ਼ਨਾਂ 'ਚ ਵੰਡਿਆ, ਉਹਦੀ ਇੰਕੁਆਇਰੀ ਕੀਤੀ ਜਾਊਗੀ ਇਸ ਗੱਲ ਦੀ ਕਿ ਉਹ ਪੈਸਾ ਆਇਆ ਕਿੱਥੋਂ। ਮੇਰੀ ਇਨਫੋਰਮੇਸ਼ਨ ਦੇ ਮੁਤਾਬਕ 2 ਪ੍ਰਾਈਵੇਟ ਬੈਂਕਾਂ ਤੋਂ ਪੈਸਾ ਆਇਆ, ਔਰ ਤੁਸੀਂ ਸਾਰੇ ਜਾਣਦੇ ਹੋ ਕਿ ਪ੍ਰਾਈਵੇਟ ਬੈਂਕ ਜਿਹੜੇ ਨੇ ਬਿਨਾਂ ਕਿਸੇ ਕੋਲੈਟਰਲ ਤੋਂ, ਬਿਨਾਂ ਕਿਸੇ ਚੀਜ਼ ਨੂੰ ਗਿਰਵੀ ਰੱਖੇ ਪੈਸੇ ਨਹੀਂ ਦਿੰਦੇ। ਇਹ ਵੀ ਦੇਖਣਾ ਪਏਗਾ ਕਿ ਉੱਥੇ ਸਰਕਾਰ ਦੀ, ਪੰਜਾਬ ਦੇ ਲੋਕਾਂ ਦੀ ਕਿਹੜੀ ਪ੍ਰੋਪਰਟੀ ਰੱਖੀ ਹੈ ਗਿਰਵੀ 'ਚ, ਔਰ ਉਹ ਜਿਹੜਾ ਪੈਸਾ ਵੇਸਟ ਹੋਇਆ ਇਸੇ ਕ੍ਰਿਮੀਨਲ ਵੇਸਟੇਜ ਅਕੋਰਡਿੰਗ ਟੂ ਮੀ। ਪੰਜਾਬ ਕੈਬਨਿਟ ਦੀ ਗਠਿਤ ਨਵੀਂ ਵਜ਼ਾਰਤ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਆਪਣੇ ਜ਼ਿੰਮੇਵਾਰੀ ਦਾ ਜ਼ਿਕਰ ਕਰਦਿਆਂ ਡੇਂਗੂ ਤੇ ਚਿਕਨਗੁਨੀਆ ਨਾਲ ਨਜਿੱਠਣ ਦੀ ਵੀ ਗੱਲ ਕੀਤੀ। ਪੋਰਟਫੋਲੀਓ ਜਿਹੜਾ ਹੈਲਥ ਔਰ ਮੈਡੀਕਲ ਐਜੂਕੇਸ਼ਨ ਦਾ, ਜਿਹੜਾ ਲੋਕਾਂ ਨਾਲ ਡਾਇਰੈਕਟਲੀ ਕੰਸਰਨ ਰੱਖਦਾ, ਲੋਕਾਂ ਦੀ ਸਿਹਤ ਨਾਲ ਕੰਸਰਨ ਰੱਖਦਾ, ਉਹ ਇੱਕ ਸੈਂਸਿਟਿਵ ਮਹਿਕਮਾ ਮੈਨੂੰ ਦਿੱਤਾ। ਮੇਰੀ ਬੜੀ ਵੱਡੀ ਜ਼ਿੰਮੇਵਾਰੀ ਮੈਂ ਮਹਿਸੂਸ ਕਰਦਾ ਇਸ ਗੱਲ 'ਤੇ, ਔਰ ਮੈਂ ਪੂਰਾ ਕੋਸ਼ਿਸ਼ ਕਰੂੰਗਾ ਕਿ ਪਰਮਾਤਮਾ ਤੋਂ ਸ਼ਕਤੀ ਲੈ ਕੇ ਮੈਂ ਇਸ ਮਹਿਕਮੇ ਦੇ ਨਾਲ ਪੰਜਾਬ ਦੇ ਲੋਕਾਂ ਦੀ ਅੱਛੀ ਸੇਵਾ ਕਰ ਸਕਾਂ। ਸਭ ਤੋਂ ਵੱਡੀ ਗੱਲ ਤਾਂ ਹੈ ਕਿ ਇੱਕ ਜਿਹੜਾ ਚਿਕਨਗੁਨੀਆ ਅਤੇ ਡੈਂਗੀ ਦੇ ਨਾਲ ਕੈਜੁਅਲਟੀਜ਼ ਹੋ ਰਹੀਆਂ ਨੇ, ਮੈਂ ਉਹਨੂੰ ਰੋਕਣ ਦੀ ਬਹੁਤ ਮੇਰੀ ਪ੍ਰਾਇਰਟੀ ਹੈ। ਸਿਵਲ ਸਰਜਨ ਸਾਰੇ ਪੰਜਾਬ ਦੇ ਮੈਂ ਬੁਲਾਏ ਨੇ ਚੰਡੀਗੜ੍ਹ, ਔਰ ਉਹਨਾਂ ਨਾਲ ਬੈਠ ਕੇ ਸਲਾਹ ਕਰਕੇ, ਲੋਕਲ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਸਲਾਹ ਕਰਕੇ, ਲੋਕਲ ਗਵਰਨਮੈਂਟ ਨਾਲ ਸਲਾਹ ਕਰਕੇ ਮੇਰੀ ਪੂਰੀ ਕੋਸ਼ਿਸ਼ ਹੋਏਗੀ ਕਿ ਡੈਂਗੀ ਦੇ ਮੱਛਰਾਂ ਨਾਲ ਇਹ ਪੂਰੀ ਨੱਥ ਪਾਈ ਜਾਊਗੀ ਬੜੇ ਤਰੀਕੇ ਨਾਲ। ਚੁਣਾਵ ਵਿਰੋਧੀ ਦੇ ਕਿਰਦਾਰ ਆਮ ਆਦਮੀ ਪਾਰਟੀ ਨੂੰ ਕਿਵੇਂ ਲੀਡ ਕਰਨਗੇ ਫੂਲਕਾ? ਪੰਜਾਬ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਕਿਉਂ ਹੋਈ? ਬਗਾਵਤ ਨੂੰ ਕਿਉਂ ਨਹੀਂ ਸੰਭਾਲ ਸਕੀ ਆਪ? ਈਵੀਐਮ 'ਚ ਧਾਂਦਲੀ ਤੇ ਕੀ ਹੈ ਫੂਲਕਾ ਦੀ ਨਿੱਜੀ ਰਾਏ? ਤਮਾਮ ਮੁੱਦਿਆਂ 'ਤੇ ਹੋਵੇਗੀ ਐਚ ਐਸ ਫੂਲਕਾ ਨਾਲ ਸਿੱਧੀ ਗੱਲਬਾਤ ਅੱਜ ਸ਼ਾਮ 7 ਵਜੇ ਡਾਇਰੈਕਟ ਵਿਦ ਦਿਨੇਸ਼ 'ਚ। ਹਿਮਾਚਲ ਪ੍ਰਦੇਸ਼ ਦੀ ਭੋਰਿੰਜ ਸੀਟ 'ਤੇ ਹੋ ਰਹੀਆਂ ਜ਼ਿਮਨੀ ਚੋਣਾਂ ਲਈ ਕਾਂਗਰਸ ਨੇ ਵੀ ਆਪਣੇ ਉਮੀਦਵਾਰ ਦਾ ਨਾਮ ਐਲਾਨ ਦਿੱਤਾ ਹੈ। ਕਾਂਗਰਸ ਨੇ ਪ੍ਰੇਮ ਕੌਸ਼ਲ ਨੂੰ ਆਪਣਾ ਉਮੀਦਵਾਰ ਬਣਾਇਆ। ਦੱਸ ਦਈਏ ਕਿ ਬੀਜੇਪੀ ਵੱਲੋਂ ਡਾਕਟਰ ਅਨਿਲ ਧੀਮਾਨ ਨੂੰ ਟਿਕਟ ਦਿੱਤਾ ਗਿਆ। ਵਿਸ਼ਵਾਸ ਹੈ ਕਿ ਵਰਤਮਾਨ ਵਿੱਚ ਵਿਧਾਨ ਸਭਾ ਦੇ ਚੋਣਾਂ ਉਪ ਚੁਣਾਵ ਭੋਰਿੰਜ ਵਿਧਾਨ ਸਭਾ ਖੇਤਰ ਦੇ ਅੰਦਰ ਸਫਲ ਹੋਣੇ ਜਾ ਰਹੇ ਹੋਣਗੇ। ਕਾਂਗਰਸ ਪਾਰਟੀ ਕੋ ਯਹਾਂ ਕੇ ਜੋ ਹਮਾਰੇ ਮਤਦਾਤਾ ਹੈ ਉਹ ਭਾਰੀ ਮਤੋਂ ਸੇ ਵਿਜੇ ਬਣਾਏਗੇ। ਮੈਂ ਪਰਤੂ ਨੇ ਪਾਰਟੀ ਵਾਲਾ ਕਮਾਨ ਕਾ ਮਾਨੇ ਮੁੱਖ ਮੰਤਰੀ ਕਾ ਔਰ ਪ੍ਰਦੇਸ਼ ਕਾਂਗਰਸ ਅਧਿਕਸ਼ ਜੀ ਕਾ ਮੰਤਰੀ ਕੇ ਰਹੇ ਸੇ ਧੰਨਵਾਦ। ਸੋਸ਼ਲ ਮੀਡੀਆ 'ਤੇ ਜੋੜਨ ਦੀ ਇੱਕ ਨਿੱਜੀ ਕੰਪਨੀ ਦੇ ਖਿਲਾਫ਼ ਇੱਕ ਵੀਡੀਓ ਵਾਇਰਲ ਹੋਇਆ। ਵੀਡੀਓ 'ਚ ਕੰਪਨੀ 'ਤੇ ਮਿਹਨਤਾਨਾ ਨਾ ਦੇਣ ਤੋਂ ਇਲਾਵਾ ਨੰਗਲ ਅਤੇ ਚੰਡੀਗੜ੍ਹ ਦੇ ਏਜੰਟਾਂ 'ਤੇ ਧੋਖਾਧੜੀ ਦੇ ਇਲਜ਼ਾਮ ਲਗਾਏ ਗਏ। ਵੀਡੀਓ 'ਚ ਨੌਜਵਾਨਾਂ ਵੱਲੋਂ ਨੰਗਲ ਦੇ ਜਿਸ ਏਜੰਟ 'ਤੇ ਧੋਖਾਧੜੀ ਦੇ ਇਲਜ਼ਾਮ ਲਗਾਏ ਗਏ ਨੇ, ਉਸ ਏਜੰਟ ਨੇ ਇਸ ਵੀਡੀਓ ਨੂੰ ਸਿਰੇ ਤੋਂ ਨਕਾਰਿਆ। ਕੋਈ ਫਸਿਆਂ ਵਾਲੀ ਗੱਲ ਨਹੀਂ ਹੈ, ਸੈਲਰੀ ਉਹਨਾਂ ਨੂੰ ਬਰਾਬਰ ਮਿਲ ਰਹੀ ਹੈ,
ਸਿਰਫ ਇਹਨਾਂ ਦਾ ਜੋ ਡਾਲਰ ਦਾ ਅਤੇ ਦਿਨਾਰ ਦਾ ਰੇਟ ਦਾ ਕਨਵਰਸ਼ਨ ਦਾ ਰੇਟ ਦਾ ਡਾਊਟ ਸੀਗਾ, ਇਸ ਲਈ ਨਾ ਕੁਛ ਇੱਕ ਦੋ ਬੰਦਿਆਂ ਨੂੰ ਡਾਊਟ ਸੀ, ਉਹ ਕੰਪਨੀ ਨੇ ਸਮੱਸਿਆ ਇਹਨਾਂ ਦੀ ਹੱਲ ਕਰਤੀ ਹੈ। ਜਿੱਦਣ ਸਾਨੂੰ ਇਸ ਵੀਡੀਓ ਦੇ ਬਾਰੇ ਪਤਾ ਲੱਗਿਆ ਸੀ, ਅਸੀਂ ਉਸੇ ਦਿਨ ਕੰਪਨੀ ਨਾਲ ਕੰਟੈਕਟ ਕਰਕੇ ਜੋ ਇਹਨਾਂ ਦੀ ਪ੍ਰੋਬਲਮ ਸੀ ਉਹਨੂੰ ਸੋਲਵ ਕਰਾ ਦਿੱਤਾ ਸੀ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸਥਾਨਕ ਲੋਕਾਂ ਨੇ ਸਰਕਾਰ ਨੂੰ ਇਸ ਮਸਲੇ ਵੱਲ ਧਿਆਨ ਦੇਣ ਨੂੰ ਕਿਹਾ। ਮੈਡਮ ਸੁਸ਼ਮਾ ਸਵਰਾਜ ਤੱਕ ਵੀ ਇਹ ਮੈਨੇ ਜੋ ਵੀਡੀਓ ਹੈ ਪਹੁੰਚਾ ਦੀ ਹੈ। ਪ੍ਰਸ਼ਾਸਨ ਕੋ ਚਾਹੀਏ ਇਸਕੀ ਉੱਚ ਸਤਰ ਸੇ ਇਨਕੁਆਇਰੀ ਕਰਾਏ। ਸਰਕਾਰਾਂ ਅੱਗੇ ਬੇਨਤੀ, ਜਿਹੜੇ ਮੁੰਡੇ ਸਾਡੇ ਉੱਥੇ ਪਰੇਸ਼ਾਨ ਹੈ, ਉਹਨਾਂ ਨੂੰ ਜਾਂ ਤਾਂ ਉੱਥੇ ਕੋਈ ਰੋਜ਼ਗਾਰ ਦਿਵਾਉਣ ਜਾਂ ਫਿਰ ਉਹਨਾਂ ਨੂੰ ਇੱਥੇ ਵਾਪਸ ਇੰਡੀਆ 'ਚ ਬੁਲਾ ਕੇ ਕੋਈ ਇੰਡੀਆ ਦੇ ਵਿੱਚ ਹੀ ਰੋਜ਼ਗਾਰ ਦੇਣ, ਤਾਂ ਕਿ ਸਾਡੇ ਜਿਹੜੇ ਬੱਚੇ ਬਾਹਰ ਰੁਲਦੇ ਆ ਉਹ ਬਾਹਰ ਨਾ ਰੁਲਣ। ਮੋਹਾਲੀ ਪੁਲਿਸ ਨੇ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਜੋ ਆਪਣੇ ਪਤੀ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਸੂਟਕੇਸ 'ਚ ਪਾ ਕੇ ਟਿਕਾਣੇ ਲਗਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਪੁਲਿਸ ਨੇ ਔਰਤ ਸਣੇ ਤਿੰਨ ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕਰ ਰਿਹਾ। ਮੇਵਾਤ ਪੁਲਿਸ ਨੇ ਗਊ ਤਸਕਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਗਿਰੋਹ ਦੇ ਤਿੰਨ ਮੈਂਬਰ ਪੁਲਿਸ ਨੂੰ ਚਕਮਾ ਦੇ ਕੇ ਭੱਜਣ 'ਚ ਕਾਮਯਾਬ ਹੋ ਗਏ। ਬਦਮਾਸ਼ਾਂ ਤੋਂ 20 ਗਾਵਾਂ, ਦੇਸੀ ਕੱਟੇ ਤੋਂ ਇਲਾਵਾ ਕਈ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਚੰਡੀਗੜ੍ਹ ਦੀ ਇੱਕ ਸੰਸਥਾ ਸੜਕ ਹਾਦਸਿਆਂ 'ਚ ਜ਼ਖਮੀ ਹੋਏ ਆਵਾਰਾ ਕੁੱਤਿਆਂ ਦਾ ਇਲਾਜ ਕਰਵਾ ਕੇ ਉਹਨਾਂ ਨੂੰ ਨਵਾਂ ਜੀਵਨ ਦੇ ਰਹੀ ਹੈ ਅਤੇ ਨਾਲ ਹੀ ਲੋਕਾਂ ਨੂੰ ਇਹਨਾਂ ਕੁੱਤਿਆਂ ਨੂੰ ਅਡਾਪਟ ਕਰਨ ਲਈ ਪ੍ਰੇਰਿਤ ਕਰ ਰਹੀ ਹੈ। ਇਸ ਬਾਬਤ ਸੰਸਥਾ ਵੱਲੋਂ ਪੰਚਕੂਲਾ 'ਚ ਇੱਕ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਤਾਂ ਕਿ ਲੋਕ ਉਹਨਾਂ ਵੱਲੋਂ ਬਚਾਏ ਗਏ ਕੁੱਤਿਆਂ ਨੂੰ ਅਪਣਾਉਣ ਲਈ ਅੱਗੇ ਆ ਸਕਣ। ਔਰ ਜਬ ਹਮੇਂ ਮਿਲਾ ਇਸਕੀ ਕੋਈ ਆਈਸ ਨਹੀਂ ਥੀ, ਐਂਡ ਜਬ ਰਾਇਲ ਟ੍ਰੀਟਮੈਂਟ ਇਸਕੀ ਇੱਕ ਅੰਖ ਹਮੇਂ ਮਿਲੀ ਤੋ ਮਾਨਾ ਇੱਕ ਨਹੀਂ ਹੈ ਇਸਕੀ ਆਏ, ਤੋ ਇਸਕੇ ਪੂਰਾ ਵੀ ਟ੍ਰੀਟਮੈਂਟ ਫੋਰ 1 ਈਅਰ ਸੇ ਜ਼ਿਆਦਾ ਹੋ ਗਿਆ ਹੈ ਇਸਕਾ ਟ੍ਰੀਟਮੈਂਟ ਹੋਤੇ ਹੋਏ। ਨਾਓ ਆਲਸੋ ਹੀ ਕੈਨ ਨਾਟ ਸੀ, ਇੱਕ ਅੰਖ ਸੇ ਨਹੀਂ ਦਿਖਤਾ ਇਸਕੋ, ਅਦਰਵਾਈਜ਼ ਹੀ ਇਜ਼ ਵੈਰੀ ਓਬੀਡੀਐਂਟ ਐਂਡ ਵੈਰੀ ਅੰਡਰਸਟੈਂਡਿੰਗ ਡੋਗ। ਸਮਬਡੀ ਮਸਟ ਹੈਵ ਲੈਫਟ ਹਿਮ ਵਾਈਲ ਹੀ ਹੈਡ ਅ ਇੰਜਰੀ ਔਨ ਹਿਸ ਹੈਡ, ਔਰ ਉਹ ਬੜ ਗਿਆ ਵਿਦ ਟਾਈਮ। ਟਾਈ ਬੈਡਲੀ ਇਨਫੈਸਟਿਡ ਥੀ ਮੈਗਿਟ ਸੇ, ਔਰ ਆਧੇ ਸੇ ਜ਼ਿਆਦਾ ਖਾ ਚੁੱਕੇ ਥੇ ਮੈਗਿਟ ਇਸਕੀ ਆਈਸ ਕੋ, ਔਰ ਵੋ ਲਟਕੀ ਹੋਈ ਥੀ, ਔਰ ਉਸਕੇ ਬਾਅਦ ਇਸਕੀ ਸਰਜਰੀ ਹੋਈ ਥੀ ਜਿਸ ਇਸਕੀ ਆਈਸ ਮੂਵ ਕਰਨੀ ਪੜੀ ਥੀ। ਉਸਕੇ ਬਾਅਦ ਸੇ ਮੈਂ ਇਸਕੋ ਫੋਸਟਰ ਕਰ ਰਹੀ ਹੂੰ, 10 ਮੰਥਸ ਅਪਰੋਕਸ ਹੋ ਚੁੱਕੇ ਹੈ, ਔਰ ਅਬ ਇਸਕੇ ਲਈ ਘਰ ਢੂੰਢ ਰਹੀ ਹੂੰ, ਹੋਪ ਸੋ ਕੋਈ ਮਿਲ ਜਾਏ। ਫਰੀਦਾਬਾਦ ਦੇ ਸੂਰਜ ਕੁੰਡ 'ਚ ਚੱਲ ਰਹੇ 3 ਦਿਨੀ ਐਗਰੀ ਲੀਡਰਸ਼ਿਪ ਸੰਮੇਲਨ ਦਾ ਦੂਜਾ ਦਿਨ ਰਿਹਾ। ਕੱਲ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕੀਤੀ ਸੀ ਹਰਿਆਣਾ ਸਰਕਾਰ ਦੀ ਕਿਸਾਨ ਨੀਤੀ ਦੀ ਤਾਰੀਫ। ਯੋਗੀ ਆਦਿੱਤਿਆਨਾਥ ਨੇ ਲਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ। ਯੋਗੀ ਆਦਿੱਤਿਆਨਾਥ ਦੀ ਕੈਬਨਿਟ ਵਿੱਚ ਦੋ ਡਿਪਟੀ ਸੀਐਮ ਕੇਸ਼ਵ ਪ੍ਰਸਾਦ ਮੌਰੀਆ ਅਤੇ ਦਿਨੇਸ਼ ਸ਼ਰਮਾ ਨੇ ਡਿਪਟੀ ਸੀਐਮ ਵਜੋਂ ਚੁੱਕੀ ਸਹੁੰ। ਯੋਗੀ ਆਦਿੱਤਿਆਨਾਥ ਦੇ ਨਾਲ 22 ਕੈਬਨਿਟ ਨੂੰ ਸੁਤੰਤਰ ਪਰਿਵਾਰ ਅਤੇ 15 ਰਾਜ ਮੰਤਰੀਆਂ ਨੇ ਚੁੱਕੀ ਸਹੁੰ। ਇੱਕ ਮੁਸਲਿਮ ਚਿਹਰੇ ਨੂੰ ਵੀ ਮੰਤਰੀ ਮੰਡਲ 'ਚ ਥਾਂ। ਜੰਮੂ ਕਸ਼ਮੀਰ ਦੇ ਬਾਲਾਕੋਟ ਸੈਕਟਰ 'ਚ ਪਾਕਿਸਤਾਨ ਵੱਲੋਂ ਸੀਜ਼ ਫਾਇਰ ਦੀ ਉਲੰਘਣਾ। ਸਵੇਰੇ ਤਕਰੀਬਨ 1 ਘੰਟੇ ਤੱਕ ਪਾਕਿਸਤਾਨੀ ਫੌਜ ਨੇ ਭਾਰਤ ਵੱਲ ਦਾਗੇ ਮੋਰਟਾਰ। ਸ਼ਿਮਲਾ ਸ਼ਹਿਰ ਨੂੰ ਸਮਾਰਟ ਸਿਟੀ ਵਿੱਚ ਸ਼ਾਮਲ ਕਰਵਾਉਣ ਦਾ ਫਾਈਨਲ ਡਰਾਫਟ ਤਿਆਰ। ਨਗਰ ਨਿਗਮ ਸ਼ਿਮਲਾ ਨੇ 2900 ਕਰੋੜ ਦਾ ਪਲਾਨ ਬਣਾ ਕੇ ਕੇਂਦਰ ਨੂੰ ਭੇਜਿਆ। ਸ਼ਿਮਲਾ ਵਿੱਚ ਮਿਸ਼ਨ ਰੋਹਤਾਂਗ ਪਾਸ ਦੇ ਲਈ BRO ਤਿਆਰ। 10 ਫੁੱਟ ਤੋਂ 100 ਫੁੱਟ ਤੱਕ ਬਰਫ਼ ਹਟਾ ਕੇ ਮਨਾਲੀ ਲਈ ਮਾਰਗ ਬਹਾਲ ਕਰਨ। ਦੇਸ਼ ਦੀ ਸਭ ਤੋਂ ਲੰਬੀ ਚਨੈਨੀ ਨਾਸ਼ਰੀ ਟਨਲ ਦੇਸ਼ ਨੂੰ ਸਮਰਪਿਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਟ੍ਰੈਫਿਕ ਦੇ ਸਫਲ ਟ੍ਰਾਇਲ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਰਚ ਦੇ ਆਖਰੀ ਜਾਂ ਅਪ੍ਰੈਲ 'ਚ ਇਸਦਾ ਉਦਘਾਟਨ ਕਰ ਸਕਦੇ ਹਨ। ਰੰਗ ਲਿਆਈ ਜੰਮੂ ਕਸ਼ਮੀਰ ਦੀ ਕਿੱਕ ਬਾਕਸਿੰਗ ਚੈਂਪੀਅਨ ਤਜ਼ਮੁਲ ਇਸਲਾਮ ਦੀ ਕੋਸ਼ਿਸ਼। ਬਾਂਦੀਪੁਰਾ ਸਥਿਤ ਤਜ਼ਮੁਲ ਦੀ ਅਕੈਡਮੀ ਨੂੰ 10 ਲੱਖ ਰੁਪਏ ਦੇਵੇਗੀ ਜੰਮੂ ਕਸ਼ਮੀਰ ਸਰਕਾਰ। ਛੱਤੀਸਗੜ੍ਹ ਦੇ ਦੰਤੇਵਾੜਾ ਸ਼ਹੀਦ ਹੋਏ ਦੋ ਜਵਾਨਾਂ ਨੂੰ ਦਿੱਤੀ ਗਈ ਸ਼ਰਧਾਂਜਲੀ। ਮੁੱਠਭੇੜ ਵਿੱਚ 6 ਨਕਸਲੀਆਂ ਨੂੰ ਮਾਰਨ ਤੋਂ ਬਾਅਦ ਹੋਏ ਸਨ ਸ਼ਹੀਦ। ਦਿੱਲੀ ਦੇ ਵੈਲਕਮ ਹੋਟਲ ਵਿੱਚ ਅੱਗ ਲੱਗਣ ਦੇ ਦੌਰਾਨ ਚੋਰੀ ਹੋਏ ਮਹਿੰਦਰ ਸਿੰਘ ਧੋਨੀ ਦੇ 3 ਮੋਬਾਈਲ ਬਰਾਮਦ। ਅੱਜ ਹੀ ਕਰਵਾਈ ਗਈ ਸੀ FIR ਦਰਜ। 17 ਮਾਰਚ ਨੂੰ ਹੋਟਲ ਵਿੱਚ ਅੱਗ ਲੱਗਣ ਦੇ ਦੌਰਾਨ ਹੋਏ ਸਨ ਚੋਰੀ।
ਭਾਰਤ ਦੇ ਦੋ ਲਾਪਤਾ ਧਰਮ ਗੁਰੂਆਂ ਦਾ ਪਤਾ ਚੱਲਿਆ। ਪਾਕਿਸਤਾਨ ਮੁਤਾਬਕ ਸੈਯਦ ਆਸਿਫ ਨਿਜ਼ਾਮੀ ਅਤੇ ਉਹਨਾਂ ਦੇ ਭਤੀਜੇ ਨਾਜ਼ਿਮ ਨਿਜ਼ਾਮੀ ਕਰਾਚੀ ਵਿੱਚ ਨੇ ਮੌਜੂਦ। ਚੀਨ ਦੇ ਜ਼ਿਕਜ਼ਿਆਂਗ ਪ੍ਰਾਂਤ ਵਿੱਚ ਪਹਾੜੀ ਤੋਂ ਪਿਘਲ ਕੇ ਡਿੱਗ ਰਹੀ ਬਰਫ਼ ਦਾ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲ ਰਿਹਾ। ਤੁਰਕੀ ਵਿੱਚ ਦੁਨੀਆ ਦੇ ਸਭ ਤੋਂ ਲੰਬੇ ਸਸਪੈਂਸ਼ਨ ਬ੍ਰਿਜ ਦਾ ਨਿਰਮਾਣ ਕੰਮ ਪੂਰਾ ਹੋ ਗਿਆ। ਤਕਰੀਬਨ 3.7 ਕਿਲੋਮੀਟਰ ਲੰਬੇ ਪੁਲ ਨੂੰ ਬਣਾਉਣ ਵਿੱਚ 5 ਸਾਲ ਦਾ ਵੇਲਾ ਲੱਗਿਆ। ਚੀਨ ਦੇ ਫੁਜ਼ੀਆਨ ਸ਼ਹਿਰ ਵਿੱਚ ਫਾਇਰ ਫਾਈਟਰਸ ਨੇ ਖੱਡ ਵਿੱਚ ਫਸੇ ਸ਼ਖਸ ਨੂੰ ਸੁਰੱਖਿਅਤ ਬਾਹਰ ਕੱਢਿਆ। ਚੀਨ ਦੇ ਸਿਚੁਆਨ ਪ੍ਰਾਂਤ ਵਿੱਚ ਕਾਈਟ ਫੈਸਟੀਵਲ ਦੀ ਸ਼ੁਰੂਆਤ। 48 ਮੀਟਰ ਲੰਬੀ ਡਰੈਗਨ ਦੇ ਆਕਾਰ ਵਾਲੀ ਪਤੰਗ ਬਣੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਹੈਂਡਸ਼ੇਕ ਨੂੰ ਲੈ ਕੇ ਸੁਰਖੀਆਂ ਵਿੱਚ ਨੇ। ਟਰੰਪ ਨੇ ਅਮਰੀਕਾ ਦੌਰੇ ਤੇ ਪਹੁੰਚੀ ਜਰਮਨੀ ਦੀ ਚਾਂਸਲਰ ਐਂਜਲਾ ਮਾਰਕਲ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ। ਫਰਾਂਸ ਦੀ ਰਾਜਧਾਨੀ ਪੈਰਿਸ ਦੇ ਆਰਲੀ ਏਅਰਪੋਰਟ ਤੇ ਸੁਰੱਖਿਆ ਦਸਤਿਆਂ ਨੇ ਫੌਜੀ ਤੋਂ ਬੰਦੂਕ ਖੋਹਣ ਵਾਲੇ ਹਮਲਾਵਰ ਗੋਲੀ ਨਾਲ ਉੜਾ ਦਿੱਤਾ। ਭਾਰਤ ਆਸਟ੍ਰੇਲੀਆ ਤੀਸਰੇ ਮੈਚ ਦਾ ਚੌਥਾ ਦਿਨ ਭਾਰਤ ਨੇ 603 ਦੌੜਾਂ ਤੇ ਐਲਾਨੀ ਨੇ। ਪੁਜਾਰਾ 202 ਦੌੜਾਂ ਬਣਾ ਕੇ ਆਊਟ। ਸਾਹ ਨੇ ਵੀ ਬਣਾਈ ਸੈਂਚਰੀ। ਦੂਜੀ ਇਨਿੰਗ ਚ ਆਸਟ੍ਰੇਲੀਆ ਨੂੰ ਸ਼ੁਰੂਆਤੀ ਝਟਕੇ।